ਜੇਕਰ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ 220 ਲੱਖ ਟਨ ਜਿਹੜੀ ਝੋਨੇ ਦੀ ਪਰਾਲੀ ਪੈਦਾ ਹੁੰਦੀ ਆ ਅਤੇ 140 ਤੋਂ 150 ਲੱਖ ਟਨ ਦੇ ਕਰੀਬ ਕਣਕ ਦਾ ਪਰਾਲੀ ਜਾਂ ਕਣਕ ਨਾਲ ਜਿਹੜਾ ਪੈਦਾ ਹੁੰਦਾ ਗਾ। ਝੋਨੇ ਦੀ ਪਰਾਲੀ ਦੇ ਵਿੱਚ ਪਿਛਲੇ ਸਾਲ ਹੀ ਆਪਾਂ ਤਕਰੀਬਨ 60-70% ਜਿਹੜੀ ਆਪਾਂ ਇਸ ਆਪਣੇ ਜ਼ਿਲ੍ਹੇ ਦੇ ਵਿੱਚ ਆਪਾਂ ਪਰਾਲੀ ਨੂੰ ਅੱਗ ਨਹੀਂ ਲਗਾਈ ਗਈ ਸੀਗੀ। ਜੇਕਰ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਉਹਦੇ ਕਿੰਨੇ ਨੁਕਸਾਨ ਆਪਾਂ ਦੇਖੀਏ, 18 ਤੋਂ 28 ਕੁਇੰਟਲ ਤੱਕ ਜਿਹੜੀ ਪਰਾਲੀ ਆ ਇੱਕ ਕਿੱਲੇ ਦੀ ਹੋ ਜਾਂਦੀ ਆ ਕਿਸਮਾਂ ਦੇ ਹਿਸਾਬ ਨਾਲ। ਜਿਹੜੀਆਂ ਘੱਟ ਸਮਾਂ ਲੈ ਵਾਲੀ ਕਿਸਮਾਂ ਉਹਨਾਂ ਦੀ ਪਰਾਲੀ ਘੱਟ ਹੁੰਦੀ ਆ, ਜਿਹੜੀਆਂ ਵੱਧ ਸਮਾਂ ਲੈ ਵਾਲੀ ਕਿਸਮਾਂ ਵੀ 240 ਆ ਜਾਂ 212 ਉਹਨਾਂ ਜਿਹੜੀ ਆ ਪਰਾਲੀ ਵੱਧ ਹੁੰਦੀ ਹੈਗੀ। ਜੇ ਇੱਕ ਕੁਇੰਟਲ ਦੀ ਗੱਲ ਕਰੀਏ ਤਾਂ ਉਹਦੇ 'ਚੋਂ 40 ਕਿਲੋ ਜੈਵਿਕ ਮਾਦਾ ਉਹ ਨਸ਼ਟ ਹੋ ਜਾਂਦਾ, 550 ਗ੍ਰਾਮ ਨਾਈਟ੍ਰੋਜਨ ਵਾਲਾ ਤੱਤ, 230 ਗ੍ਰਾਮ ਫਾਸਫੋਰਸ, 2.5 ਕਿਲੋ ਪੋਟਾਸ ਅਤੇ 120 ਗ੍ਰਾਮ ਸਲਫਰ ਦਾ ਜਿਹੜਾ ਨੁਕਸਾਨ ਹੋ ਜਾਂਦਾ। ਇਹ ਵੱਡੇ ਵੱਡੇ ਤੱਤਾਂ ਦਾ ਜਿਹੜਾ ਨੁਕਸਾਨ ਆ ਪਰਾਲੀ ਨੂੰ ਅੱਗ ਨਾਲ ਲਗਾਉਣ ਨਾਲ ਹੋ ਜਾਂਦਾ ਗਾ। ਜੇਕਰ ਆਪਾਂ ਇਹਨੂੰ ਜ਼ਮੀਨ ਦੇ ਵਿੱਚ ਵੀ ਦਵਾ ਦਿੱਤਾ ਜਾਵੇ ਤਾਂ ਜਿਹੜੀ ਜ਼ਮੀਨ ਦੀ ਉਪਜਾਊ ਸ਼ਕਤੀ ਆ ਉਹ ਵੱਧ ਜਾਂਦੀ ਆ ਅਤੇ ਆਉਣ ਵਾਲੀ ਫਸਲ ਨੂੰ ਫਿਰ ਆਪਾਂ ਨੂੰ ਲਗਾਤਾਰ 2-3 ਸਾਲ ਇਸ ਤਰ੍ਹਾਂ ਕਰਦੇ ਰਹੀਏ ਤਾਂ ਆਉਣ ਵਾਲੀਆਂ ਗਾਂਹ ਫਸਲਾਂ ਨੂੰ ਜਿਹੜੀਆਂ ਆਪਾਂ ਜਿਹੜੀ ਯੂਰੀਆ ਵਾਲੀ ਖਾਦ ਆ ਉਹ ਵੀ ਆਪਾਂ ਨੂੰ ਅੱਧਾ ਪਾਉਣ ਜੋੜ ਪਊ, ਅਤੇ ਖਾਸ ਕਰਕੇ ਨਾਲ ਫਾਸਫੋਰਸ ਵਾਲੀ ਖਾਦ ਵਾਲੀ ਉਹਦੀ ਵੀ ਆਪਾਂ ਘੱਟ ਜਿਹੜੀ ਆ ਜ਼ਰੂਰਤ ਹੈ ਪੈਣੀ ਹੈਗੀ। ਇਸ ਤੋਂ ਇਲਾਵਾ ਤੁਸੀਂ ਦੇਖਿਆ ਹੋਵੇਗਾ ਵੀ ਆਪਣੇ ਪਿਛਲੇ ਤੋਂ ਪਹਿਲੇ ਸਾਲ ਉੱਚੋ ਮੰਡੀ ਹਾਦਸਾ ਵਾਪਰ ਗਿਆ ਸੀਗਾ ਵੀ ਜਾਨੀ ਨੁਕਸਾਨ ਹੋ ਗਿਆ, ਕਈ ਵਾਰ ਧੂੰਏ ਦੇ ਕਰਕੇ ਜਾਨੀ ਨੁਕਸਾਨ ਵੀ ਹੋ ਜਾਂਦਾ। ਕਈ ਵਾਰ ਆਪਾਂ ਹੁਣ ਕਣਕ ਦੀ ਫਸਲ ਦੇ ਵਿੱਚ ਵੀ ਅੱਜ ਕੱਲ੍ਹ ਜਦੋਂ ਕਈ ਕਿਸਾਨ ਕਣਕ ਦੀ ਫਸਲ ਨੂੰ ਨਾੜ ਨੂੰ ਵੀ ਅੱਗ ਲਗਾ ਦਿੰਦੇ ਨੇ ਤਾਂ ਖੜ੍ਹੀ ਫਸਲ ਦੇ ਉੱਤੇ ਕਈ ਵਾਰ ਪੱਕੀ ਫਸਲ ਦੇ ਉੱਤੇ ਦੇ ਨੁਕਸਾਨ ਜਿਹੜਾ ਉਹ ਕਿਸਾਨਾਂ ਦਾ ਅੱਗ ਲਗਾਉਣ ਕਰਕੇ ਨੁਕਸਾਨ ਹੋ ਜਾਂਦਾ ਗਾ। ਅਤੇ ਦੂਸਰਾ ਕਿ ਜਿਹੜੀ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਨੇ, ਕਾਰਬਨ ਡਾਈਆਕਸਾਈਡ ਕਰਕੇ 70% ਨਿਕਲਦੀ ਆ, ਕਾਰਬਨ ਮੋਨੋਆਕਸਾਈਡ ਆ 7%, ਅਤੇ ਜਿਹੜੀ ਨਾਈਟ੍ਰਿਕ ਆਕਸਾਈਡ ਆ ਜਿਹੜੀ 2.09% ਆ, ਮੀਥੇਨ ਗੈਸ ਆ 0.66% ਆ। ਇਹ ਜਿਹੜੀਆਂ ਗੈਸਾਂ ਜਿਹੜੀਆਂ ਅਤੇ ਉਹਨਾਂ ਨਾਲ ਜਿਹੜਾ ਆਪਣਾ ਮਨੁੱਖੀ ਸਿਹਤ ਦੇ ਉੱਤੇ ਅਤੇ ਪਸ਼ੂਆਂ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਗਾ। ਉਸ ਸਮੇਂ ਦੌਰਾਨ ਜਿਹੜਾ ਹੈ ਜਿਹੜੇ ਜਿਨ੍ਹਾਂ ਨੂੰ ਸਾਹ ਦੀ ਪ੍ਰੋਬਲਮ ਹੁੰਦੀ ਆ ਉਹ ਜ਼ਿਆਦਾ ਵੱਧ ਜਾਂਦੀ ਆ, ਅਤੇ ਇਸ ਸਮੇਂ ਦੌਰਾਨ ਜਿਹੜੀ ਆ 5-8 ਜਿਹੜੀ ਕਰੋੜ ਰੁਪਏ ਦੀ ਦਵਾਈ ਆ ਜਿਹੜੀ ਪੰਜਾਬ ਦੇ ਵਿੱਚ ਉਹ ਛੀਨ ਦੇ ਵਿੱਚ ਵੱਧ ਖਰਚਾ ਆਉਂਦਾ। ਇਸ ਕਰਕੇ ਜਿਹੜੀ ਆ ਆਪਾਂ ਨੂੰ ਇਹ ਜ਼ਮੀਨ 'ਤੇ ਪਰਾਲੀ ਵਾਹੁਣ ਦੀ ਬਹੁਤ ਲੋੜ ਆ, ਕਿਉਂਕਿ ਆਪਣੇ 3 ਕੁਦਰਤੀ ਸੋਮੇ ਨੇ, ਮਿੱਟੀ ਆ, ਪਾਣੀ ਆ ਅਤੇ ਹਵਾ, ਤਿੰਨੋਂ ਹੀ ਖਰਾਬ ਹੋ ਰਹੇ ਨੇ ਝੋਨਾ ਲਾਉਣ ਨਾਲ। ਖਾਸ ਕਰਕੇ ਆਪਣੇ ਫੂਲ ਅਤੇ ਨਥਾਣਾ ਬਲਾਕ ਦੇ ਵਿੱਚ ਝੋਨਾ ਵੱਧ ਲੱਗਦਾ ਅਤੇ ਹਰੇਕ ਸਾਲ ਪਾਣੀ ਆਪਣਾ ਪੰਜਾਬ ਦਾ 1 ਮੀਟਰ ਥੱਲੇ ਜਾ ਰਿਹਾ। ਤੁਸੀਂ ਦੇਖਿਆ ਹੋਵੇ ਪਹਿਲਾਂ ਪਾਣੀ ਆਪਣਾ ਬਹੁਤ ਉੱਚਾ ਹੁੰਦਾ ਸੀਗਾ, ਹੁਣ ਪਾਣੀ ਹਰੇਕ ਪਿੰਡ ਦਾ ਕਿਸੇ ਤੇ ਹੇਠਾਂ ਤੱਕ ਚਲਾ ਗਿਆ ਗਾ। ਅਤੇ ਦੂਸਰਾ ਵਾਤਾਵਰਨ ਤਾਂ ਖਰਾਬ ਹੋ ਹੀ ਰਿਹਾ ਗਾ, ਅਤੇ ਦੂਸਰਾ ਮਿੱਟੀ ਦੀ ਸਿਹਤ ਸੰਭਾਲ ਤਾਂ ਹੀ ਆ ਜੇ ਆਪਾਂ ਇਹਨਾਂ ਨੂੰ ਪਰਾਲੀ ਨੂੰ ਜ਼ਮੀਨ ਦੇ ਵਿੱਚ ਦਵਾਵਾਂਗੇ। ਦੂਸਰਾ ਤੁਸੀਂ ਦੇਖਿਆ ਹੋ ਕਿ ਹੈਪੀ ਹੀਟ ਨਾਲ ਜਿਹੜੀ ਆਪਾਂ ਪਿਛਲੇ ਸਾਲ 14 ਨਵੰਬਰ ਦੇ ਦਰਮਿਆਨ ਜਿਹੜੀ ਵਰਖਾ ਹੋਈ ਸੀ, ਜਿਵੇਂ ਹੁਣ ਅੱਜ ਬਾਰਿਸ਼ ਹੋ ਗਈ 14 ਨਵੰਬਰ ਦੇ ਦੌਰਾਨ, ਜਦੋਂ ਆਪਾਂ ਉਹਨੂੰ ਆਪਾਂ ਜਿਹੜੀ ਪੱਧਰੀ ਬਿਜਾਈ ਜਾਂ ਆਮ ਤੌਰ 'ਤੇ ਬਿਜਾਈ ਕੀਤੀ ਕਣਕ ਨਾਲ ਉਹ ਕਰੰਟ ਹੋ ਗਈ ਸੀਗੀ, ਤਾਂ ਫਿਰ ਦੁਬਾਰਾ ਉਹਨੂੰ ਬੱਤਰ ਆਉਣ ਦੇ ਘੱਟੋ ਘੱਟ 15-20 ਦਿਨ ਜਾਂ 15 ਦਿਨ ਲੱਗੇ ਸੀਗੇ। ਤਾਂ ਜਿਹੜੀ ਆਪਾਂ ਹੈਪੀ ਹੀਟ ਨਾਲ ਬਿਜਾਈ ਕਰਾਂਗੇ ਤਾਂ ਉਹਦੇ ਨਾਲ ਜਿਹੜਾ ਆਪਾਂ ਸਮੇਂ ਸਿਰ ਬਿਜਾਈ ਹੋ ਜੂਗੀ ਤਾਂ ਕਣਕ ਜਿਹੜੀ ਉਹ ਕਰੰਟ ਨਹੀਂ ਹੋਊਗੀ। ਅਤੇ ਦੂਸਰੀ ਆਪਾਂ ਨੂੰ ਕਣਕ 15-20 ਦਿਨਾਂ ਬਾਅਦ ਬੀਜਣੀ ਪਊਗੀ, ਕਣਕ ਲੇਟ ਹੋ ਜਾਊਗੀ, ਕਿਉਂਕਿ ਕਣਕ ਦਾ ਸਹੀ ਸਮਾਂ ਜਿਹੜਾ 15 ਨਵੰਬਰ ਤੱਕ ਆ ਜਾਂ 20 ਨਵੰਬਰ ਤੱਕ ਆਪਾਂ ਕਣਕ ਦੀ ਸਹੀ ਸਮਾਂ ਬਿਜਾਈ ਦਾ ਹੈਗਾ। ਜੇ ਉਹ ਤੋਂ ਹਫ਼ਤਾ ਬਾਅਦ ਲੇਟ ਹੋ ਜਾਂਦੀ ਆ ਤਾਂ ਕਣਕ ਦਾ 1.5 ਕੁਇੰਟਲ ਝਾੜ ਜਿਹੜਾ ਘੱਟ ਜਾਂਦਾ। ਇਸ ਸਮੇਂ ਜਿਹੜਾ ਇਸ ਸਾਲ ਕਣਕ ਦਾ ਭਾਅ 1840 ਰੁਪਏ ਕੁਇੰਟਲ ਸਰਕਾਰ ਨੇ ਮਿਥਿਆ ਹੈਗਾ, ਅਤੇ 1.5 ਕੁਇੰਟਲ ਸਾਲ ਲਓ 2760 ਰੁਪਏ ਦਾ ਨੁਕਸਾਨ ਆ ਜਿਹੜਾ ਆਪਾਂ ਨੂੰ ਉਹ ਜਿਹੜੀ 1 ਹਫ਼ਤਾ ਜਾਂ 2 ਹਫ਼ਤੇ ਲੇਟ ਹੋਣ ਨਾਲ ਜਿਹੜਾ ਕਣਕ ਦੀ ਬਿਜਾਈ ਨਾਲ ਇੰਨਾ ਨੁਕਸਾਨ ਜਿਹੜਾ ਕਿਸਾਨ ਦਾ ਹੋ ਜਾਂਦਾ ਹੈ। ਜਿਹਦਾ ਡਾਕਟਰ ਸਾਹਿਬ ਨੇ ਦੱਸਿਆ ਵੀ ਡਿੱਗਣ ਨਾਲ ਵੀ ਕਣਕ ਜਦੋਂ ਡਿੱਗ ਪੈਂਦੀ, ਹੁਣ ਅੱਜ ਦੀ ਦੇਖਦੇ ਆਏ ਹਾਂ ਕਈ ਕਣਕਾਂ ਅੱਜ ਜਿਹੜੀ ਸਵੇਰੇ ਚੱਲੀ ਹਨੇਰੀ ਜੀ ਹਵਾ ਚੱਲੀ ਤੇਜ਼, ਉਹਦੇ ਨਾਲ ਕੁਛ ਕਣਕਾਂ ਡਿੱਗੀਆਂ ਵੀ ਆ ਰਸਤੇ 'ਚ ਦੇਖਦੇ ਹਾਂ। ਤਾਂ ਜੇ ਹੁਣ ਅੱਜ ਮਾਰਚ ਅਪ੍ਰੈਲ ਦਾ ਜਿਹੜਾ ਮਹੀਨਾ ਚੱਲ ਰਿਹਾ, ਹੁਣ ਮਾਰਚ ਦਾ ਜਾਂ ਅਪ੍ਰੈਲ ਦੀ 14-13 ਅਪ੍ਰੈਲ ਤੋਂ ਪਹਿਲਾਂ ਜਿਹੜੀ ਵੀ ਆਪਾਂ ਨੂੰ ਪਾਣੀ ਲਾਉਣਾ ਕਣਕ ਨੂੰ ਪਾਣੀ ਦੀ ਲੋੜ ਪੈਂਦੀ ਆ ਲੋੜ ਦੀ, ਤਾਂ ਉਸ ਮੌਸਮ ਨੂੰ ਦੇਖ ਕੇ ਪਾਣੀ ਲਾਉਣਾ ਚਾਹੀਦਾ ਵੀ ਉਸ ਦਿਨ ਆਪਣਾ ਹਵਾਵਾਂ ਤੇਜ਼ ਹਵਾਵਾਂ ਨਾਲ ਚੱਲਦੀ ਹੋਵੇ ਤਾਂ ਕਣਕ ਡਿੱਗਣਾ ਪਵੇ। ਜਿਹੜੀ ਹੈਪੀ ਹੀਟ ਵਾਲੀ ਕਣਕ ਆ ਇਹ ਘੱਟ ਡਿੱਗੂਗੀ, ਇਸ ਕਰਕੇ ਜਿਹੜੀ ਆਪਾਂ ਨੂੰ ਇਹਦਾ ਜਿਹੜਾ ਨੁਕਸਾਨ ਤੋਂ ਜਿਹੜਾ ਆਪਾਂ ਉਹ ਬਚ ਸਕਦੇ ਹਾਂਗੇ। ਅਤੇ ਦੂਸਰੀ ਕਣਕ ਵਾਲੀ ਘੱਟੋ ਘੱਟ ਆਪਾਂ ਜੇ ਡਿੱਗਣ ਨਾਲ ਦੇਖੀਏ ਅਤੇ ਦਾਣੇ ਪਿਟਕ ਜਾਣਗੇ, ਉਹ ਝਾੜ ਨਹੀਂ ਮਿਲੂਗਾ, ਅਤੇ ਦੂਜੇ ਕੰਬਾਈਨ ਵਾਲੇ ਵਾਢੀ ਵੀ ਔਖੀ ਹੋ ਗਈ, ਉਹਦੇ ਨਾਲ ਕੰਬਾਈਨ ਵਾਲੇ ਉਹਦਾ ਰੇਟ ਵੀ ਵੱਧ ਮੰਗਣਾ ਪਾ ਦੋ ਜਿੰਨਾ ਆਮ ਦੇ ਮੁਕਾਬਲੇ। ਅਤੇ ਦੂਸਰਾ ਕੁਇੰਟਲ 1.5 ਕੁਇੰਟਲ ਜਿਹੜਾ ਘੱਟ ਝਾੜ ਕੱਟ ਜਾਂਦਾ ਸਿੱਧਾ 2760 ਰੁਪਏ ਦਾ, ਇਹ ਵੀ ਆਪਣਾ ਨੁਕਸਾਨ ਆ ਜਿਹੜੀ ਕਣਕ ਡਿੱਗਣ ਨਾਲ ਹੋ ਜਾਂਦਾ ਗਾ। ਅਤੇ ਇਹ ਸੀ ਜਿਹੜੇ ਮੋਟੇ ਮੋਟੇ ਜਿਹੜੇ ਫਾਇਦੇ ਆ ਜਿਹੜੇ ਆਪਾਂ ਨੂੰ ਜ਼ਮੀਨ ਦੇ ਵਿੱਚ ਪਰਾਲ ਨੂੰ ਦਬਾਉਣ ਦੇ, ਚਾਹੇ ਕਈ ਖੇਤਾਂ ਕਈ ਕਿਸਾਨਾਂ ਕੋਲ ਅਲਟਾਵੇਂ ਹੱਲ ਨੇ, ਅਲਟਾਵੇਂ ਹੱਲ ਨਾਲ ਜਿਨ੍ਹਾਂ ਆਲੂ ਬੀਜੇ ਨੇ
ਉਹ ਵਿੱਚ ਪਰਾਲ ਵਾਹ ਕੇ ਆਲੂ ਬੀਜੇ ਨੇ ਜਾਂ ਅਸੀਂ ਬਹਿਮਣ ਦਾਣੇ ਗਏ ਹੋਰ ਵੀ ਕੈਂਪ ਲਾਏ ਆ ਤਾਂ ਉੱਥੇ ਕਿਸਾਨਾਂ ਨੇ ਅਲਟਾਵੇਂ ਹਾਣ ਨਾਲ ਜਿਹੜੇ ਵਾਹ ਕੇ ਨਾੜ ਨੂੰ ਵਿੱਚ ਹੀ ਦਵਾ ਕੇ ਬਾਅਦ ਕਣਕ ਦੀ ਬਿਜਾਈ ਕੀਤੀ ਹੈ ਅਤੇ ਬਹੁਤ ਵਧੀਆ ਕਣਕ ਆ ਉਹਨਾਂ ਦੀ ਵੀ ਇਸ ਕਰਕੇ ਅਲਟਾਵੇਂ ਹਾਣ ਨਾਲ ਵੀ ਉਹਨਾਂ ਨਾਲ ਥੋੜ੍ਹਾ ਖਰਚਾ ਤਾਂ ਵੱਧ ਆਜੂਗਾ ਇਸ ਨਾਲੋਂ ਇਸ ਤਕਨੀਕ ਨਾਲੋਂ ਹੈਪੀਡ ਨਾਲ ਸਿੱਧਾ ਬਿਜਾਈ ਕਰਨੀ ਆ ਉਹਦੇ ਨਾਲ ਆਪਾਂ ਨੂੰ ਪਹਿਲਾਂ ਵਾਹੁਣਾ ਪਊਗਾ ਵਿੱਚ ਜ਼ਮੀਨ ਦੇ ਵਿੱਚ ਫਿਰ ਬਿਜਾਈ ਕਰਨੀ ਆ ਪਰ ਉਸ ਨਾਲ ਵੀ ਆਪਣੀ ਜਿਹੜੀ ਆ ਜ਼ਮੀਨ ਦੀ ਉਪਜਾਊ ਸ਼ਕਤੀ ਵਧੂਗੀ ਅਤੇ ਜਿਹੜੀ ਆਪਣੀ ਕਣਕ ਦਾ ਝਾੜ ਵੀ ਵਧੀਆ ਵਧੀਆ ਹੋਵੇਗਾ ਅਤੇ ਇਹ ਸੀ ਜਿਹੜੇ ਆ ਜਿਹੜੀ ਹੁਣ ਜਿਹੜੇ ਇਹਦੇ ਫਾਇਦੇ ਨੇ ਅਤੇ ਇਸ ਤੋਂ ਆਪਣੇ ਅਗਲੇ ਬੁਲਾਰੇ ਨੇ ਡਾਕਟਰ ਜਸਕਰਨ ਸਿੰਘ ਜੀ ਕੁਲਾਰ ਜਿਹੜੇ ਤੁਹਾਨੂੰ ਹੁਣ ਇਸ ਟਾਈਮ ਦੇ ਉੱਤੇ ਆਪਾਂ ਕੀ ਕੰਮ ਕਰਨੇ ਨੇ ਆਪਣੇ ਹਰੀ ਫਲਾਂ ਵਾਸਤੇ ਖਾਸ ਕਰ ਕਣਕ ਦੇ ਉੱਤੇ ਜਿਵੇਂ ਮੌਸਮ ਸ਼ਿਲਾ ਕਰ ਲਿਆ ਕਦੇ ਗਰਮੀ ਹੋ ਜਾਂਦੀ ਹੈ ਕਦੇ ਫਿਰ ਮੀਂਹ ਪੈ ਜਾਂਦਾ ਕਣੀਆਂ ਪੈਂਦੀਆਂ ਕਿਉਂਕਿ ਇਸ ਬਿਮਾਰੀਆਂ ਦਾ ਕੀੜੇ ਮਕੌੜਿਆਂ ਦਾ ਹਮਲਾ ਇਹ ਛਿੱਲੇ ਮੌਸਮ 'ਚ ਵੱਧ ਸਕਦਾ ਹੈਗਾ ਇਸ ਕਰਕੇ ਉਹਨਾਂ ਦੀ ਰੋਕਥਾਮ ਆਪਾਂ ਕਿਵੇਂ ਕਰਨੀ ਹੈਗੀ ਇਸ ਸੰਬੰਧੀ ਸਾਡੀ ਤੁਹਾਨੂੰ ਸਾਡੀ ਅਗਲੇ ਬੁਲਾਰੀ ਡਾਕਟਰ ਜਸਕਰ ਸਿੰਘ ਜੀ ਕਲਾਰ ਤੁਹਾਡੇ ਨਾਲ ਆਪਣੇ ਜਿਹੜੇ ਆ ਉਹ ਨੁਕਤੇ ਸਾਂਝੇ ਕਰਨਗੇ ਕਿ ਕਣਕ ਦੀ ਬਿਜਾਈ ਹੈ ਜਿਹੜੀ ਉਹ ਹੈਪੀ ਸੀਡਰ ਕਰਨ ਨਾਲ ਕਰਨ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪ੍ਰਦੂਸ਼ਣ ਮਿੱਟੀ ਦੀ ਸਿਹਤ ਦਾ ਸੁਧਾਰ ਕਰਨਾ ਹੋਰ ਜਿਹੜੇ ਹੈ ਆਪਣੇ ਟੀਚੇ ਉਹਨਾਂ ਦੀ ਪ੍ਰਾਪਤੀ ਕਰਨਾ ਹੈ ਤਾਂ ਉਹਨਾਂ ਮਕਸਦ ਨੂੰ ਲੈ ਕੇ ਜਿਹੜੀ ਹੈਪੀ ਸੀਡਰ ਨਾਲ ਕਣਕ ਬੀਜੀ ਗਈ ਸੀ ਉਹ ਹੈਪੀ ਸੀਡਰ ਦੇ ਕਣਕ ਦੀ ਬਿਜਾਈ ਕਰਨ ਨਾਲ ਆਮ ਕਿਸਾਨਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੇ ਭੁਲੇਖੇ ਸਨ ਕਿ ਇਹ ਸੰਦ ਹੈ ਜਿਹੜਾ ਨਵਾਂ ਆਇਆ ਇਸ ਨਾਲ ਬਿਜਾਈ ਕਿਸ ਤਰ੍ਹਾਂ ਹੁੰਦੀ ਹੈ ਇਹਦਾ ਝਾੜ ਕਿਵੇਂ ਹੈ ਜਾਂ ਇਹਦੀ ਕ੍ਰੋਪ ਕੰਡੀਸ਼ਨ ਕਿਵੇਂ ਰਹਿੰਦੀ ਹੈ ਉਹਨਾਂ ਨੂੰ ਅੱਖੀਂ ਦਿਖਾਉਣ ਵਾਸਤੇ ਜਿਹੜਾ ਇਹ ਇੱਥੇ ਖੇਤ ਦੇ ਵਿੱਚ ਜਿਹੜਾ ਇਹ ਖੇਤ ਦਿਵਸ ਰੱਖਿਆ ਗਿਆ ਤਾਂ ਜੋ ਦੂਸਰੇ ਕਿਸਾਨ ਵੀਰ ਆਪਦੇ ਜਦੋਂ ਤਜਰਬੇ ਜਿਹੜੇ ਹੈ ਅੱਖੀਂ ਦੇਖਣਗੇ ਤਾਂ ਉਦੋਂ ਤਜਰਬੇ ਤੋਂ ਜਿਹੜੀ ਹੈ ਜਾਣਕਾਰੀ ਹਾਸਲ ਕਰਨਗੇ ਤਾਂ ਜੋ ਅਗਲੇ ਸਾਲ ਜਿਹੜਾ ਇਹ ਵੱਧ ਤੋਂ ਵੱਧ ਹੈਪੀ ਸੀਡਰ ਨਾਲ ਬਿਜਾਈ ਕਰਕੇ ਪਰਾਲੀ ਨੂੰ ਬਿਨਾਂ ਅੱਗ ਲਾਏ ਖੇਤ ਦੇ ਵਿੱਚ ਸਮੇਟਣ ਦਾ ਜਿਹੜਾ ਹੈ ਉਹ ਯੋਗਦਾਨ ਪਾਉਣਗੇ ਸੋ ਅੱਜ ਦੀ ਜਿਹੜੀ ਇਹ ਫਸਲ ਹੁਣ ਇਸ ਸਮੇਂ ਖੜ੍ਹੀ ਹੈ ਕਣਕ ਦੀ ਉਸਦੇ ਇਸ ਸਮੇਂ ਦੇ ਬਾਰੇ ਗੱਲ ਕਰੀਏ ਤਾਂ ਜਿਵੇਂ ਕਿ ਹੁਣ ਜਿਹੜਾ ਸਿੱਲਾ ਮੌਸਮ ਚੱਲ ਰਿਹਾ ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਾਂ ਕੀੜੇ ਮਕੌੜਿਆਂ ਦੀ ਗੱਲ ਕਰੀਏ ਤਾਂ ਕੀੜੇ ਮਕੌੜੇ ਜਿਵੇਂ ਹਮਲਾ ਜਿਹੜਾ ਹੈ ਉਹ ਇਸ ਸਮੇਂ ਚੇਪੇ ਦਾ ਹੋ ਸਕਦਾ ਚੇਪੇ ਜਿਹੜਾ ਹੈ ਉਹ ਜਦੋਂ ਵੀ ਬੱਲੀ ਦੇ ਉੱਤੇ ਪੰਜ ਜਾਂ ਪੰਜ ਤੋਂ ਬਾਅਦ ਆਪਾਂ ਨੂੰ ਦਿਖਾਈ ਦੇਵੇ ਤਾਂ ਉਹ ਸਮਝ ਲੈਣਾ ਚਾਹੀਦਾ ਕਿ ਉੱਥੇ ਜਿਹੜੀ ਸਪਰੇਅ ਹੈ ਉਹ ਜਿਹੜਾ ਉਹਦਾ ਈ ਟੀ ਐਲ ਲੈਵਲ ਹੈ ਉੱਥੋਂ ਤੱਕ ਪਹੁੰਚ ਗਿਆ ਅਤੇ ਆਪਾਂ ਨੂੰ ਸਪਰੇਅ ਕਰਨ ਦੀ ਜ਼ਰੂਰਤ ਹੈ ਤਾਂ ਇਸ ਦੀ ਜਿਹੜਾ ਹੈ ਇਹ ਚੇਪਾ ਜਿਹੜਾ ਹੈ ਸਭ ਤੋਂ ਪਹਿਲਾਂ ਖੇਤ ਦੇ ਬਾਹਰਲੇ ਪਾਸੇ ਹਿੱਸਿਆਂ ਦੇ ਵਿੱਚ ਆਉਂਦਾ ਜਾਂ ਦਰੱਖਤਾਂ ਥੱਲੇ ਆਉਂਦਾ ਉਹਨੂੰ ਰੋਕਥਾਮ ਕਰਨ ਵਾਸਤੇ ਉਹਦੀ ਜਿਹੜੀ ਹੈ ਸਿਫਾਰਸ਼ ਜਿਹੜੀ ਕੀਤੀ ਗਈ ਹੈ ਉਹ ਥਾਇਮੈਥੋਕਸਾਮ ਜਿਹੜੀ ਦਵਾਈ ਹੈ ਜਿਹਨੂੰ ਅਕਟਾਰਾ ਦੇ ਨਾਂ 'ਤੇ ਆਪਾਂ ਜਾਣਦੇ ਹਾਂ ਉਹ 20 ਗ੍ਰਾਮ ਕਿੱਲੇ ਦੀ ਪਾ ਕੇ ਉਹਦੇ ਨਾਲ ਜਿਹੜੀ ਹੈ ਆਪਾਂ ਚੇਪੇ ਨੂੰ ਸਭ ਤੋਂ ਪਹਿਲਾਂ ਜੇਕਰ ਆਪਾਂ ਖੇਤ ਦੇ ਬਾਹਰਲੇ ਹਿੱਸਿਆਂ ਦੇ ਵਿੱਚ ਸਪਰੇਅ ਕਰ ਦਈਏ ਤਾਂ ਉਹ ਉੱਥੇ ਹੀ ਰੋਕੀ ਜਾ ਸਕਦੀ ਹੈ ਸਾਰੇ ਖੇਤ ਦੇ ਵਿੱਚ ਜਿਹੜਾ ਹੈ ਆਪਾਂ ਨੂੰ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਜੇਕਰ ਅੱਗੇ ਤੱਕ ਚੇਪਾ ਚਲਾ ਜਾਂਦਾ ਤਾਂ ਫਿਰ ਆਪਾਂ ਨੂੰ ਸਾਰੇ ਖੇਤ ਦੇ ਵਿੱਚ ਜਿਹੜੀ ਹੈ ਇਹ ਸਪਰੇਅ ਕਰਨ ਦੀ ਜ਼ਰੂਰਤ ਪੈਂਦੀ ਹੈ ਇਵੇਂ ਜੇਕਰ ਗੱਲ ਕਰੀਏ ਇਸ ਤੋਂ ਇਲਾਵਾ ਜਿਹੜਾ ਹੈ ਸੈਨਿਕ ਸੁੰਡੀ ਹੈ ਇਹ ਜਿਹੜੇ ਮਾਰਚ ਅਪ੍ਰੈਲ ਦੇ ਮਹੀਨੇ ਦੇ ਵਿੱਚ ਕਈ ਵਾਰੀ ਹਮਲਾ ਕਰਦੀ ਹੈ ਤਾਂ ਇਹ ਸੁੰਡੀ ਹੈ ਜਿਹੜੀ ਇਹ ਆਮ ਤੌਰ 'ਤੇ ਪੱਤਿਆਂ ਨੂੰ ਖਾ ਕੇ ਪੱਤਿਆਂ ਦਾ ਨੁਕਸਾਨ ਕਰਦੀ ਹੈ ਬੱਲੀਆਂ ਦਾ ਨੁਕਸਾਨ ਕਰਦੀ ਹੈ ਦਾਣਿਆਂ ਦਾ ਨੁਕਸਾਨ ਕਰਦੀ ਹੈ ਤਾਂ ਇਹਦੀ ਰੋਕਥਾਮ ਵਾਸਤੇ ਜਿਹੜਾ ਹੈ ਆਪਾਂ ਨੂੰ 400 ml ਜਿਹੜੀ ਹੈ ਐਕਲੈਕਸ ਦਵਾਈ ਹੈ ਕੁਇਨਲ ਫਾਸ ਹੈ ਜਿਹੜੀ ਉਹਦੀ ਸਪਰੇਅ ਕਰਨੀ 80 ਤੋਂ 100 ਲੀਟਰ ਪਾਣੀ ਦੇ ਵਿੱਚ ਪਾ ਕੇ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜਿਹੜੀ ਹੈ ਸਪਰੇਅ ਕਰਨ ਦੀ ਜ਼ਰੂਰਤ ਹੁੰਦੀ ਹੈ ਇਸ ਤੋਂ ਇਲਾਵਾ ਅਪ੍ਰੈਲ ਮਹੀਨੇ ਦੇ ਵਿੱਚ ਕਈ ਵਾਰ ਪਕਾ ਦੇ ਉੱਤੇ ਜਾ ਕੇ ਜਿਹੜੀ ਹੈ ਅਮਰੀਕਨ ਸੁੰਡੀ ਦਾ ਹਮਲਾ ਵੀ ਦੇਖਣ ਨੂੰ ਮਿਲਦਾ ਅਮਰੀਕਨ ਸੁੰਡੀ ਹੈ ਜਿਹੜੀ ਉਹ ਆਮ ਤੌਰ ਦੇ ਉੱਤੇ ਦਾਣਿਆਂ ਦੇ ਵਿੱਚ ਦਾਣਿਆਂ ਨੂੰ ਖਾ ਕੇ ਜਿਹੜਾ ਉਹਨੂੰ ਨੁਕਸਾਨ ਪਹੁੰਚਾਉਂਦੀ ਹੈ ਤਾਂ ਉਹਦੀ ਰੋਕਥਾਮ ਵਾਸਤੇ ਜਿਹੜਾ ਹੈ 800 ml ਜਿਹੜੀ ਹੈ ਕੈਲਕਸ ਦਵਾਈ ਹੈ ਉਹਦੀ ਸਪਰੇਅ ਕਰਨ ਦੀ ਆਪਾਂ ਨੂੰ ਜ਼ਰੂਰਤ ਪੈਂਦੀ ਹੈ ਸੋ ਜਿਵੇਂ ਕਿ ਹੁਣ ਇਸ ਸਮੇਂ ਕੀੜੇ ਮਕੌੜਿਆਂ ਦੀ ਜਿਹੜੀ ਹੈ ਗੱਲ ਕੀਤੀ ਇਵੇਂ ਜੇਕਰ ਜਿਹੜੀ ਬਿਮਾਰੀਆਂ ਹੈ ਬਿਮਾਰੀਆਂ ਵੀ ਇਸ ਤਰ੍ਹਾਂ ਦੇ ਜਿਹੜਾ ਮੌਸਮ ਹੈ ਉਹਦੇ ਵਿੱਚ ਜ਼ਿਆਦਾ ਫੈਲਣ ਦਾ ਜਿਹੜਾ ਖਤਰਾ ਰਹਿੰਦਾ ਜਿਹਦੇ ਵਿੱਚ ਖਾਸ ਤੌਰ 'ਤੇ ਜਿਹੜੀ ਬਿਮਾਰੀ ਦੀ ਗੱਲ ਕਰੀਏ ਤਾਂ ਆਪਾਂ ਪੀਲੀ ਕੁੰਗੀ ਹੈ ਜਿਹੜੀ ਤਾਂ ਕਿਸਾਨ ਭਰਾ ਉਹ ਪੀਲੀ ਕੁੰਗੀ ਹੈ ਜਿਹਦੇ ਵਾਸਤੇ ਜਿਹੜਾ ਹੈ ਉਹਦਾ ਆਉਣ ਦਾ ਜਿਹੜਾ ਢੁਕਵਾਂ ਮੌਸਮ ਹੈ ਉਹਦੀ ਜੇਕਰ ਗੱਲ ਕਰੀਏ ਤਾਂ ਜੇਕਰ
रात का तापमान जोड़ा है 7 to 13 degrees centigrade रहा, दिन का तापमान जोड़ा है 15 to 24 degrees centigrade, या फिर 85 to 100% जी नमी है जी हवा के बनी रही है। तो इस तरह के मौसम के जी पीली कुंगी ज़्यादा फैलन की जी है संभावना बन जाती है। सो इनू लगातार आप सर्वेखण करते रहना, सर्वेखण कर आधार के उत्ते आप जी स्प्रे करनी है। जेकर ये निशानिया की गल करिए, निशानिया आम तौर के उत्ते किसान वीर इनू पहचानते हैं कि जो भी आप खेत के जड़ा है, जेकर आप सर्वेखण जो करा तो अपने कपड़े के नाल जड़ा है पीले रंग का जड़ा हल्दी नुमा पाउडर है जड़ा वो लग्या हुआ नज़र आऊगा, या फिर पत्तों के उत्ते जड़े है पूरे काले रंग के जड़े दब धब्बे है वह नज़र आने तो बाद दे पीले जड़े है हल्दी के वो भरे हुए जड़े धब्बे है वो एक धारिया का रूप धार कर धारण कर लेंगे, तो लंबी जड़ी धारियां अपन पीले रंग दज़र आनगियां। तो इस करके लगातार जड़ा है सर्वेखण करते रहना है। जेकर आप बीमारी दे कारण नज़र आते हैं फिर 120 ग्राम नेटिवोज जी दवाई है, या फिर 5 किलों के लीटर टिल्ट का जोड़ा आम तौर पर आप जानते हैं प्रोपिकोनाजोल जी साल्ट 200 ml किले के हिसाब न जी पानी है, या फिर एक फॉलीक्योर दवाई है टोबैको टैबोकैनाजोल है जी वो भी 200 ml किले के हिसाब न पा के स्प्रे जान करनी है। तो स्प्रे करन तो पहला जिहड़ा किसान वीरों लगातार जिहड़ा सर्वेखण जरूरी है, सर्वेखण लाजमी करना है, सर्वेखण के आधार के उत्ते ही आपां इहदी स्प्रे है जिहड़ी उहनूं वरतों करनी है। इस तों अलावा दूसरे जिहड़ी है बीमारियां जिहड़ियां दी गल करिए तां करनाल वंट है जिहड़ी वह भी जिहड़ी कालिआं दे विच कालिआ जिहड़ा चूरन बन जांदा है दाणिआं दे विच, उस तरह की बीमारी जी है ये टिल्ट राही रोकी जा सकती है। अगले साल जिहड़ा आपां नूं शुद्ध ते स्वस्थ जिहड़ा बीज है जिहड़ा वो मिल सके, तो यह बीमारी रहित है जिहड़ा बीज अगले साल आपां वरत सकीए। तो इस तों अलावा किसान भराओ आपां गल करिए कि कणक दे बीज जिहड़ा है वो अगले साल आपां वरतण वास्ते खुद तैयार कर सकते हैं, क्योंकि आम तौर पर देखिया कि किसान वीर जिहड़ा है एक सुधरी हुई किस्म नूं बीज के अपना बीज खुद तैयार कर सकता कणक का, ना कि वह जो कणक की बिजाई होंगी है तो उदो कणक का बीज लैन वास्ते जिहड़ा है प्राइवेट डीलर को फिर अपना दफ्तर के जिहड़ा है सारे का सारा बीज खरीदने की कोशिश करता है, तो सारे का सारा बीज है जिहड़ा सबसिडी ते उहनूं मिल नहीं सकता, फिर वह हाहाकार मच जाती है। सो इस तो वधिया है कि एक साफ सुथरा बीज है जिहड़ा किसान वीर आसानी नाल जिहड़ा आपदा तैयार कर सकता है। तो किसान वीरो कणक का बीज पैदा करन वास्ते तुसी एक जेकर एक एकड़ भी अपना नवा बीज जिहड़ा तुसी बीज लो तो उहदे उत्तों जिहड़ा है आराम नाल जिहड़ा है तकरीबन 40 मन जिहड़ा है बीज है जिहड़ा पैदा हो सकता है। तो बीज पैदा करन वास्ते कि गल्लां दा ध्यान रखना है।